ਡਾਕਟਰ ਨਰਿੰਦਰ ਸਿੰਘ ਕਪੂਰ ਜੀ ਇੱਕ ਚੋਰ ਨੇ ਘਰ ਅੰਦਰ ਦਾਖਲ ਹੋ ਕੇ ਕੀਮਤੀ ਚੀਜ਼ਾਂ ਦੀ ਗਠੜੀ ਬਣਾਈ ਅਤੇ ਕੁਝ ਹੋਰ ਲੱਭਣ ਦੀ ਆਸ ਵਿੱਚ ਉਸ ਦੇ ਪੈਰ ਦੀ ਇੱਕ ਭਾਂਡੇ ਨਾਲ ਠੋਕਰ ਵਜਨ ਤੇ ਘਰ ਵਾਲੇ ਜਾਗ ਪਏ ਚੋਰ ਦੌੜ ਕੇ ਘਰ ਦੀ ਬਾਹਰਲੀ ਕੰਧ ਤੇ ਚੜ ਗਿਆ ਘਰ ਦੇ ਇੱਕ ਤਗੜੇ ਬੰਦੇ ਨੇ ਚੋਰ ਦੇ ਕੰਧ ਤੇ ਚੜਦਿਆਂ ਉਸ ਦੇ ਇੱਕ ਪੈਰ ਦਾ ਗਿੱਟਾ ਫੜ ਲਿਆ ਮਾਹਿਰ ਚੋਰ ਨੇ ਮਨੁੱਖੀ ਸੁਭਾਅ ਦੀ ਸਮਝ ਸੀ ਗਿੱਟਾ ਫੜੇ ਜਾਣ ਤੇ ਚੋਰ ਨੇ ਦਰਦ ਭਰੀ ਆਵਾਜ਼ ਵਿੱਚ ਕਿਹਾ ਵੇਖੀ ਯਾਰ ਗਿੱਟੇ ਤੇ ਫੋੜਾ ਹੈ ਇਹ ਸੁਣ ਕੇ پکڑਣ ਵਾਲੇ ਦੀ ਪਕੜ ਢਿੱਲੀ ਹੋ ਗਈ ਅਤੇ ਚੋਰ ਦੌੜ ਗਿਆ ਘਰ ਵਾਲਿਆਂ ਨੇ ਪੁੱਛਿਆ ਤੂੰ ਗਿੱਟਾ ਕਿਉਂ ਛੱਡਿਆ ਮੈਂ ਤਾਂ ਤਾਂ ਛੱਡਿਆ ਸੀ ਕਿ ਚੋਰ ਨੇ ਕਿਹਾ ਸੀ ਗਿੱਟੇ ਤੇ ਫੋੜਾ ਸੀ ਘਰ ਵਾਲਿਆਂ ਨੇ ਕਿਹਾ ਤੈਨੂੰ ਕੀ ਚੋਰ ਦੇ ਫੋੜੇ ਨਾਲ ਮਨੂ ਵਿਗਿਆਨਕ ਤੌਰ ਤੇ ਕੋਈ ਵੀ ਹੁੰਦਾ ਫੋੜੇ ਦੀ ਗੱਲ ਸੁਣ ਕੇ ਉਸਨੇ ਗਿੱਟਾ ਛੱਡ ਦੇਣਾ ਸੀ ਚੋਰ ਵੀ ਮਨੁੱਖ ਸੀ ਉਸ ਵਿੱਚ ਵੀ ਪੀੜ ਦਾ ਅਹਿਸਾਸ ਉਤਨਾ ਹੀ ਤੀਬਰ ਸੀ ਜਿੰਨਾ ਹਰ ਕਿਸੇ ਵਿੱਚ ਹੁੰਦਾ ਹੈ ਚੋਰ ਚੋਰ ਹੀ ਨਹੀਂ ਸੀ ਉਸ ਨੂੰ ਮਨੁੱਖੀ ਮਨੋਵਿਗਿਆਨ ਅਤੇ ਮਨੁੱਖੀ ਵਿਹਾਰ ਦੀ ਡੂੰਗੀ ਸੋਝੀ ਵੀ ਸੀ ਨੈਕਸਟ ਉਮਰ ਦੇ ਵਦਨ ਨਾਲ ਹਰ ਕਿਸੇ ਦੀ ਯਾਦ ਸ਼ਕਤੀ ਘਟਦੀ ਹੈ ਅਤੇ ਕਈਆਂ ਦੀ ਗਵਾਚ ਵੀ ਜਾਂਦੀ ਹੈ ਯਾਦ ਸ਼ਕਤੀ ਗਵਾਚਣ ਦੇ ਬਾਵਜੂਦ ਪੁਰਸ਼ ਨਹੀਂ ਭੁੱਲਦਾ ਕਿ ਉਹ ਪੁਰਸ਼ ਹੈ ਔਸਤਰੀ ਨਹੀਂ ਭੁੱਲਦੀ ਕਿ ਉਹ ਔਸਤਰੀ ਹੈ ਪਰ ਉਹ ਆਪਣੇ ਆਪ ਨੂੰ ਕੀ ਸਮਝਦੇ ਹਨ ਇਹ ਭੁੱਲ ਜਾਂਦੇ ਹਨ ਉਹਨਾਂ ਦਾ ਵਿਹਾਰ ਦੱਸਦਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਕੋਲੋਂ ਕੁਝ ਗਵਾਚ ਗਿਆ ਹੈ ਪਰ ਕੀ ਗਵਾਚ ਗਿਆ ਹੈ ਯਾਦ ਨਹੀਂ ਹੁੰਦਾ ਜੇ ਇਹ ਘਰੋਂ ਬਾਹਰ ਜਾਣ ਤਾਂ ਘਰ ਨਹੀਂ ਮੁੜ ਸਕਦੇ ਘਰ ਦਾ ਰਸਤਾ ਭੁੱਲ ਜਾਂਦੇ ਹਨ ਅਜਿਹੇ ਵਿਅਕਤੀ ਕਈ ਵਾਰੀ ਆਪਣਾ ਨਾਂ ਵੀ ਭੁੱਲ ਜਾਂਦੇ ਹਨ ਅਜਿਹੇ ਵਿਅਕਤੀਆਂ ਦੀ ਜੇਬ ਵਿੱਚ ਇਨ੍ਹਾਂ ਦੋਹਾਂ ਪਤੇ ਅਤੇ ਫੋਨ ਨੰਬਰ ਵਾਲਾ ਇੱਕ ਕਾਰਡ ਪਾਉਣਾ ਚਾਹੀਦਾ ਹੈ ਨੈਕਸਟ ਇੱਕ ਫਟਵਾਲ ਆਪਣੇ ਸਾਹਮਣੇ ਰੱਖ ਕੇ ਵੇਖੋ ਕੁਝ ਵੀ ਅੱਗੇ ਪਿੱਛੇ ਸੱਜਾ ਖੱਬਾ ਉੱਤਰ ਦੱਖਣ ਨਹੀਂ ਹੋਵੇਗਾ ਇਹ ਗੁੰਮਰਾਹ ਕਰਨ ਲਈ ਵਸਤੂ ਦੇ ਖੜੇ ਹੋਏ ਨਿਜਮ ਹਨ ਸਾਡਾ ਸੂਰਜ ਡੁੱਬ ਰਿਹਾ ਹੁੰਦਾ ਹੈ ਅਮਰੀਕਾ ਦਾ ਚੜ ਰਿਹਾ ਹੁੰਦਾ ਹੈ ਸੂਰਜ ਦਾ ਡੁੱਬਣਾ ਚੜ੍ਹਨਾ ਵੀ ਮਨ ਕਰਤ ਹੈ ਧੰਨਵਾਦ